ਮਹਿਲਾ ਸਮੇਤ ਦੋ ਨੌਜਵਾਨਾਂ ਨੇ ਪੁਲਿਸ ਤੇ ਕੀਤਾ ਹਮਲਾ। ਪੁਲਿਸ ਨੇ ਰਸਤੇ 'ਚ ਲਗਾ ਰੱਖਿਆ ਸੀ ਨਾਕਾ, ਰੋਕਣ ਦੇ ਕਾਰ ਸਵਾਰ ਪੁਲਿਸ ਨਾਲ ਕਰਨ ਲੱਗੇ ਬਹਿਸ, ਫਿਰ ਹੱਥਾ ਪਾਈ ਕਰਕੇ ਮੌਕੇ ਤੋਂ ਹੋਏ ਫਰਾਰ। ਦੱਸਦੇ ਕਿ ਕਾਰ ਸਵਾਰ ਕੁਝ ਲੋਕਾਂ ਵੱਲੋਂ ਪੁਲਿਸ ਤੇ ਹਮਲਾ ਕੀਤਾ ਗਿਆ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਮਿਲੀ ਜਾਣਕਾਰੀ ਅਨੁਸਾਰ ਮਾਮਲਾ ਚੰਡੀਗੜ੍ਹ ਦਾ, ਜਿੱਥੇ ਸੁਖਨਾ ਲੇਕ ਦੇ ਕੋਲ ਪੁਲਿਸ ਨੇ ਨਾਕਾ ਲਗਾ ਰੱਖਿਆ ਸੀ ਤੇ ਉੱਥੇ ਇੱਕ ਹਿਮਾਚਲ ਨੰਬਰ ਪਲੇਟ ਵਾਲੀ ਕਾਰ ਆਉਂਦੀ ਹੈ ਤੇ ਪੁਲਿਸ ਕਰਮੀ ਵੱਲੋਂ ਉਸ ਨੂੰ ਰੋਕ ਕੇ ਕਾਗਜ਼ ਦਿਖਾਉਣ ਲਈ ਕਿਹਾ ਜਾਂਦਾ ਹੈ, ਜਿਸ ਤੋਂ ਬਾਅਦ ਮਹਿਲਾ ਵੱਲੋਂ ਉਸਦੇ ਸਾਥੀਆਂ ਨਾਲ ਮਿਲ ਕੇ ਪੁਲਿਸ ਵਾਲੇ ਨਾਲ ਗਾਲੀ ਗਲੋਚ ਕੀਤੀ ਜਾਂਦੀ ਹੈ ਤੇ ਉਸਦਾ ਕੋਲਰ ਫੜਿਆ ਜਾਂਦਾ ਹੈ ਤੇ ਹੱਥੋਂ ਪਾਈ ਕਰਨ ਲੱਗ ਜਾਂਦੇ ਹੈ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਹੈ ਤੇ ਹੁਣ ਇਸ ਸੰਬੰਧੀ ਪੁਲਿਸ ਅਧਿਕਾਰੀ ਦਾ ਮੈਡੀਕਲ ਕਰਵਾਇਆ ਗਿਆ। ਪੁਲਿਸ ਹੁਣ ਇਹਨਾਂ ਤੇ ਕਾਰਵਾਈ ਕਰਨ ਨੂੰ ਤਿਆਰ ਹੈ, ਜਿਨ੍ਹਾਂ ਵੱਲੋਂ ਹੁਣ ਜਾਂਚ ਸ਼ੁਰੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇ ਕਿ ਪੁਲਿਸ ਦੇ ਵੱਲੋਂ ਕੁਝ ਕਾਰ ਸਵਾਰ ਲੋਕਾਂ ਵੱਲੋਂ ਹਮਲਾ ਕੀਤਾ ਗਿਆ, ਜਿੱਥੇ ਇੱਕ ਨਾਕਾ ਲੱਗਿਆ ਸੀ ਸੁਖਨਾ ਲੇਕ ਦੇ ਕੋਲ ਅਤੇ ਪੁਲਿਸ ਕਰਮੀ ਵੱਲੋਂ ਹੱਥ ਦੇ ਕੇ ਉਹਨਾਂ ਨੂੰ ਰੋਕਿਆ ਜਾਂਦਾ ਹੈ। ਹਿਮਾਚਲ ਨੰਬਰ ਪਲੇਟ ਵਾਲੀ ਉਹ ਗੱਡੀ ਹੁੰਦੀ ਹੈ ਅਤੇ ਉਹਨਾਂ ਨੂੰ ਕਾਗਜ਼ ਦਿਖਾਉਣ ਲਈ ਕਿਹਾ ਜਾਂਦਾ ਹੈ, ਜਿਸ ਤੋਂ ਬਾਅਦ ਕਾਰ ਦੇ ਵਿੱਚ ਬੈਠੀ ਮਹਿਲਾ ਆਪਣੇ ਦੋ ਸਾਥੀਆਂ ਦੇ ਨਾਲ ਮਿਲ ਕੇ ਉਸ ਪੁਲਿਸ ਕਰਮੀ ਦੇ ਨਾਲ ਬਹਿਸ ਕਰਨ ਲੱਗ ਜਾਂਦੀ ਹੈ, ਗਾਲੀ ਗਲੋਚ ਕਰਨ ਲੱਗ ਜਾਂਦੀ ਹੈ, ਫਿਰ ਉਹ ਪੁਲਿਸ ਵਾਲੇ ਦਾ ਕਾਲਰ ਫੜ ਲੈਂਦੀ ਹੈ ਅਤੇ ਹੱਥੋਂ ਪਾਈ ਕਰਨ ਲੱਗ ਜਾਂਦੀ ਹੈ, ਫਿਰ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਹੁਣ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਹੈ। ਮੇਰਾ ਨਾਮ ਕੋਂਸਟੇਬਲ ਅਨਿਲ ਕੁਮਾਰ ਹੈ। ਕਿਆ ਹੋਇਆ ਸੀ ਮਾਮਲਾ? ਅੱਜ ਹਮਾਰਾ ਨਾਕਾ ਡੀਜੀ ਪਿਟਨ 'ਤੇ ਲੱਗਿਆ ਹੋਇਆ, ਤਭੀ ਇਹ ਗਾੜੀ ਆਈ, ਐਸ ਪੀ ਨੰਬਰ, ਇਸਕਾ ਨੰਬਰ ਹਮਨੇ ਵੈਰੀਫਾਈ ਕਰਨੇ ਕੇ ਲੀ ਆਰ ਸੀ ਮੰਗੀ, ਜਿਸ ਦੌਰਾਨ ਉਹਨਾਂ ਨੇ ਲੇਡੀ ਡਰਾਈਵਰ ਕੋ ਅਗੇ ਕੀਆ ਔਰ ਹਮਾਰੇ ਸਾਥ ਬਦਤਮੀਜ਼ੀ ਕੀ ਔਰ ਹੱਥੇ ਪਾਈ ਕੀ। ਕਿੰਨੇ ਲੋਕ ਸੀਗੇ? 3% ਸੀ ਉਸ ਗਾੜੀ ਨੂੰ। ਅੱਛਾ, ਅਤੇ ਇਹ ਨਾਕਾ ਕਿਹਦੀ ਸੁਪਰਵਿਜ਼ਨ ਕਿਹਦੀ ਸੀਗੀ? ਅਫਸਰ ਨੇ ਲਗਾਇਆ ਹੋਇਆ ਤਾਂ ਏ ਐਸ ਆਈ ਸਾਹਿਬ ਵਹਾਂ ਮੌਕੇ ਪਰ ਹਮਨੇ ਬੁਲਾਏ ਤੇ ਜੀ, ਜੋ ਕਾਫੀ ਬਹਿਸ ਬੂਸ ਹੋਣੇ ਕੇ ਬਾਅਦ ਹਮਨੇ ਯਹਾਂ ਹੋਸਪਿਟਲ ਮੇਂ ਲਿਖਾ ਹੈ ਜਿਸਕਾ ਮੈਡੀਕਲ ਕਰਾਇਆ ਜਾ ਰਹਾ ਹੈ। ਤੁਹਾਡਾ ਮੈਡੀਕਲ ਹੋਇਆ? ਹਾਂ ਜੀ, ਹਮਾਰਾ ਵੀ ਮੈਡੀਕਲ। ਕਿਆ ਕਿਆ ਕੁਛ ਮਾਰਿਆ ਤੁਹਾਡੇ? ਹਮਾਰੇ ਸਾਥ ਗਲਾ ਪਕੜਿਆ ਮੇਰਾ ਔਰ ਕਾਫੀ ਦੇਰ ਪਾਸ ਹੋਣੀ ਹੋਈ ਹੈ ਜੀ ਉਨਕੇ ਸਾਥ, ਹਮਨੇ ਕਾਫੀ ਕੋਪਰੇਟ ਕਿਆ, ਬਾਕੀ ਕੋਪਰੇਟ ਕਰਨੇ ਕੇ ਬਾਅਦ ਵੀ ਨਹੀਂ। ਕੌਣ ਕੌਣ ਮੁਲਾਜ਼ਮ ਸੀਗੇ ਤੁਸੀਂ? ਹਮ ਥੇ ਜੀ 3 ਕੋਂਸਟੇਬਲ ਥੇ, ਅੱਜ ਮੌਕੇ ਪਰ ਏ ਐਸ ਆਈ ਅਸ਼ੋਕ ਕੁਮਾਰ ਕੋ ਬੁਲਾਇਆ ਗਿਆ। ਮਹਿਲਾ ਸਮੇਤ ਦੋ ਨੌਜਵਾਨਾਂ ਨੇ ਪੁਲਿਸ ਤੇ ਕੀਤਾ ਹਮਲਾ। ਪੁਲਿਸ ਨੇ ਰਸਤੇ 'ਚ ਲਗਾ ਰੱਖਿਆ ਸੀ ਨਾਕਾ, ਰੋਕਣ ਦੇ ਕਾਰ ਸਵਾਰ ਪੁਲਿਸ ਨਾਲ ਕਰਨ ਲੱਗੇ ਬਹਿਸ, ਫਿਰ ਹੱਥਾ ਪਾਈ ਕਰਕੇ ਮੌਕੇ ਤੋਂ ਹੋਏ ਫਰਾਰ। ਦੱਸਦੇ ਕਿ ਕਾਰ ਸਵਾਰ ਕੁਝ ਲੋਕਾਂ ਵੱਲੋਂ ਪੁਲਿਸ ਤੇ ਹਮਲਾ ਕੀਤਾ ਗਿਆ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਮਿਲੀ ਜਾਣਕਾਰੀ ਅਨੁਸਾਰ ਮਾਮਲਾ ਚੰਡੀਗੜ੍ਹ ਦਾ, ਜਿੱਥੇ ਸੁਖਨਾ ਲੇਕ ਦੇ ਕੋਲ ਪੁਲਿਸ ਨੇ ਨਾਕਾ ਲਗਾ ਰੱਖਿਆ ਸੀ ਤੇ ਉੱਥੇ ਇੱਕ ਹਿਮਾਚਲ ਨੰਬਰ ਪਲੇਟ ਵਾਲੀ ਕਾਰ ਆਉਂਦੀ ਹੈ ਤੇ ਪੁਲਿਸ ਕਰਮੀ ਵੱਲੋਂ ਉਸ ਨੂੰ ਰੋਕ ਕੇ ਕਾਗਜ਼ ਦਿਖਾਉਣ ਲਈ ਕਿਹਾ ਜਾਂਦਾ ਹੈ, ਜਿਸ ਤੋਂ ਬਾਅਦ ਮਹਿਲਾ ਵੱਲੋਂ ਉਸਦੇ ਸਾਥੀਆਂ ਨਾਲ ਮਿਲ ਕੇ ਪੁਲਿਸ ਵਾਲੇ ਨਾਲ ਗਾਲੀ ਗਲੋਚ ਕੀਤੀ ਜਾਂਦੀ ਹੈ ਤੇ ਉਸਦਾ ਕੋਲਰ ਫੜਿਆ ਜਾਂਦਾ ਹੈ ਤੇ ਹੱਥੋਂ ਪਾਈ ਕਰਨ ਲੱਗ ਜਾਂਦੇ ਹੈ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਹੈ ਤੇ ਹੁਣ ਇਸ ਸੰਬੰਧੀ ਪੁਲਿਸ ਅਧਿਕਾਰੀ ਦਾ ਮੈਡੀਕਲ ਕਰਵਾਇਆ ਗਿਆ। ਪੁਲਿਸ ਹੁਣ ਇਹਨਾਂ ਤੇ ਕਾਰਵਾਈ ਕਰਨ ਨੂੰ ਤਿਆਰ ਹੈ, ਜਿਨ੍ਹਾਂ ਵੱਲੋਂ ਹੁਣ ਜਾਂਚ ਸ਼ੁਰੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇ ਕਿ ਪੁਲਿਸ ਦੇ ਵੱਲੋਂ ਕੁਝ ਕਾਰ ਸਵਾਰ ਲੋਕਾਂ ਵੱਲੋਂ ਹਮਲਾ ਕੀਤਾ ਗਿਆ, ਜਿੱਥੇ ਇੱਕ ਨਾਕਾ ਲੱਗਿਆ ਸੀ ਸੁਖਨਾ ਲੇਕ ਦੇ ਕੋਲ ਅਤੇ ਪੁਲਿਸ ਕਰਮੀ ਵੱਲੋਂ ਹੱਥ ਦੇ ਕੇ ਉਹਨਾਂ ਨੂੰ ਰੋਕਿਆ ਜਾਂਦਾ ਹੈ। ਹਿਮਾਚਲ ਨੰਬਰ ਪਲੇਟ ਵਾਲੀ ਉਹ ਗੱਡੀ ਹੁੰਦੀ ਹੈ ਅਤੇ ਉਹਨਾਂ ਨੂੰ ਕਾਗਜ਼ ਦਿਖਾਉਣ ਲਈ ਕਿਹਾ ਜਾਂਦਾ ਹੈ, ਜਿਸ ਤੋਂ ਬਾਅਦ ਕਾਰ ਦੇ ਵਿੱਚ ਬੈਠੀ ਮਹਿਲਾ ਆਪਣੇ ਦੋ ਸਾਥੀਆਂ ਦੇ ਨਾਲ ਮਿਲ ਕੇ ਉਸ ਪੁਲਿਸ ਕਰਮੀ ਦੇ ਨਾਲ ਬਹਿਸ ਕਰਨ ਲੱਗ ਜਾਂਦੀ ਹੈ, ਗਾਲੀ ਗਲੋਚ ਕਰਨ ਲੱਗ ਜਾਂਦੀ ਹੈ, ਫਿਰ ਉਹ ਪੁਲਿਸ ਵਾਲੇ ਦਾ ਕਾਲਰ ਫੜ ਲੈਂਦੀ ਹੈ ਅਤੇ ਹੱਥੋਂ ਪਾਈ ਕਰਨ ਲੱਗ ਜਾਂਦੀ ਹੈ, ਫਿਰ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਹੁਣ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਹੈ। ਕਿਆ ਨਾਮ ਹੈ? ਮੇਰਾ ਨਾਮ ਕੋਂਸਟੇਬਲ ਅਨਿਲ ਕੁਮਾਰ ਹੈ ਜੀ। ਕਿਆ ਹੋਇਆ ਸੀ ਮਾਮਲਾ? ਅੱਜ ਹਮਾਰਾ ਨਾਕਾ ਡੀਜੀ ਪਿਟਨ 'ਤੇ ਲੱਗਿਆ ਹੋਇਆ, ਤਭੀ ਇਹ ਗਾੜੀ ਆਈ, ਐਸ ਪੀ ਨੰਬਰ, ਇਸਕਾ ਨੰਬਰ ਹਮਨੇ ਵੈਰੀਫਾਈ ਕਰਨੇ ਕੇ ਲੀ ਆਰ ਸੀ ਮੰਗੀ, ਜਿਸ ਦੌਰਾਨ ਉਹਨਾਂ ਨੇ ਲੇਡੀ ਡਰਾਈਵਰ ਕੋ ਅਗੇ ਕੀਆ ਔਰ ਹਮਾਰੇ ਸਾਥ ਬਦਤਮੀਜ਼ੀ ਕੀ ਔਰ ਹੱਥੇ ਪਾਈ ਕੀ। ਕਿੰਨੇ ਲੋਕ ਸੀਗੇ?
3% ਸੀ ਉਸ ਗਾੜੀ ਨੂੰ। ਅੱਛਾ, ਅਤੇ ਇਹ ਨਾਕਾ ਕਿਹਦੀ ਸੁਪਰਵਿਜ਼ਨ ਕਿਹਦੀ ਸੀਗੀ? ਅਫਸਰ ਨੇ ਲਗਾਇਆ ਹੋਇਆ ਤਾਂ ਏ ਐੱਸ ਆਈ ਸਾਹਿਬ ਵਹਾਂ ਮੌਕੇ ਪਰ ਹਮਨੇ ਬੁਲਾਏ ਤੇ ਜੀ, ਜੋ ਕਾਫੀ ਬਹਿਸ ਬੂਸ ਹੋਣੇ ਕੇ ਬਾਅਦ ਹਮਨੇ ਯਹਾਂ ਹੋਸਪਿਟਲ ਮੇਂ ਲਿਖਾ ਹੈ ਜਿੱਥੇ ਮੈਡੀਕਲ ਕਰਾਇਆ ਜਾ ਰਿਹਾ ਹੈ। ਤੁਹਾਡਾ ਮੈਡੀਕਲ ਹੋਇਆ? ਹਾਂ ਜੀ, ਹਮਾਰਾ ਵੀ ਮੈਡੀਕਲ। ਕਿਆ ਕਿਆ ਕੁਛ ਮਾਰਿਆ ਤੁਹਾਡੇ? ਹਮਾਰੇ ਸਾਥ ਗਲਾ ਪਕੜਿਆ ਮੇਰਾ, ਔਰ ਕਾਫੀ ਦੇਰ ਪਾਸ ਹੋਣੀ ਹੋਈ ਹੈ ਜੀ ਉਨਕੇ ਸਾਥ, ਹਮਨੇ ਕਾਫੀ ਕੋਪਰੇਟ ਕਿਆ, ਬਾਕੀ ਕੋਪਰੇਟ ਕਰਨੇ ਕੇ ਬਾਅਦ ਵੀ ਨਹੀਂ। ਕੌਣ ਕੌਣ ਮੁਲਾਜ਼ਮ ਸੀ ਤੁਸੀਂ? ਹਮ ਥੇ ਜੀ 3 ਕੋਂਸਟੇਬਲ ਥੇ, ਅੱਜ ਮੌਕੇ ਪਰ ਏ ਐੱਸ ਆਈ ਅਸ਼ੋਕ ਕੁਮਾਰ ਕੋ ਬੁਲਾਇਆ ਗਿਆ।